ਤੋਂ ਤਿਹਾਰਾਂ ਦਾ ਸੀਜ਼ਨ ਚੱਲ ਰਿਹਾ ਹੈ ਲੇਕਿਨ ਇਸ ਦਰਮਿਆਨ ਜੇਕਰ ਕਿਸਾਨੀ ਅੰਦੋਲਨ ਦੀ ਗੱਲ ਕੀਤੀ ਜਾਏ ਤਾਂ ਕਿਸਾਨੀ ਅੰਦੋਲਨ ਵੀ ਲਗਾਤਾਰ ਸ਼ਿਖਰਾਂ ਤੇ ਹੈ ਲਖੀਂਪੁਰ ਖੀਰੀ ਦੀ ਘਟਨਾ ਦੀ ਜੇਕਰ ਗੱਲ ਕੀਤੀ ਜਾਏ ਤਾਂ ਉਸ ਨੂੰ ਲੈ ਕੇ ਲਗਾਤਾਰ ਰੋਸ ਪਾਇਆ ਜਾ ਰਿਹਾ ਹੈ ਇਸੇ ਤਹਿਤ ਹਰੇਕ ਜੋ ਖਾਸ ਮੌਕੇ ਤੇ ਉੱਪਰ ਕੇਂਦਰ ਸਰਕਾਰ ਯਾਨੀ ਕਿ ਭਾਜਪਾ ਸਰਕਾਰ ਦੇ ਪੁਤਲੇ ਫੁੱਕੇ ਜਾ ਰਹੇ ਨੇ ਇਸੇ ਤਹਿਤ ਪਲਕੇ ਯਾਨੀ ਕਿ ਕੱਲ ਨੂੰ ਜੋ ਦੁਸ਼ਹਿਰੇ ਦਾ ਤਿਹਾਰ ਮਨਾਇਆ ਜਾ ਰਿਹਾ ਇਸ ਤੇ ਇਸ ਮੌਕੇ ਸੰਯੁਕਤ ਕਿਸਾਨ ਮੋਰਚੇ ਦੁਆਰਾ ਜੋ ਆ ਪੁਤਲੇ ਫੂਕਣ ਦੀ ਗੱਲਬਾਤ ਕੀਤੀ ਗਈ ਸੀ ਜੋ ਆ ਕੇਂਦਰ ਸਰਕਾਰ ਦੀ ਲੇਕਿਨ ਇਸ ਦਰਮਿਆਨ ਜੋ ਕੇਂਦਰ ਸਰਕਾਰ ਨੇ ਕਈ ਤਰ੍ਹਾਂ ਦੇ ਸਵਾਲ ਖੜੇ ਕੀਤੇ ਕਿ ਜੋ ਆ ਹਿੰਦੂਆਂ ਦੇ ਤਿਹਾੜ ਦੇ ਮੌਕੇ ਤੇ ਜੋ ਆ ਅਜਿਹੀ ਚੀਜ਼ ਨਹੀਂ ਕਰਨੀ ਚਾਹੀਦੀ ਹਾਲਾਂਕਿ ਕੇਂਦਰ ਸਰਕਾਰ ਸ਼ੁਰੂ ਤੋਂ ਲੈ ਕੇ ਹੁਣ ਤੱਕ ਜੋ ਵੰਡੀ ਪਾਉਂਦੀ ਹੋਈ ਨਜ਼ਰ ਆਈ ਹੈ ਧਰਮ ਜਾਤ ਦੇ ਵਿੱਚ ਕਿ ਧਰਮ ਦੇ ਨਾਂ ਤੇ ਕਿਵੇਂ ਲੋਕਾਂ ਨੂੰ ਲੜਾਇਆ ਜਾਵੇ ਲੇਕਿਨ ਇਸ ਦਰਮਿਆਨ ਇੱਕ ਵੱਡੀ ਖਬਰ ਅਹਿਮ ਖਬਰ ਇਹ ਹੈ ਕਿ ਸੰਯੁਕਤ ਕਿਸਾਨ ਮੋਰਚੇ ਨੇ ਇੱਕ ਵੱਡਾ ਫੈਸਲਾ ਲਿਆ ਉਹ ਹੁਣ ਜਿਹੜਾ ਪੁਤਲੇ ਫੂਕ ਦਾ ਪ੍ਰਦਰਸ਼ਨ ਜਿਹੜਾ ਦੁਸ਼ਹਿਰੇ ਨੂੰ ਕਰਨਾ ਸੀ ਉਹ ਹੁਣ ਉਸ ਤੋਂ ਅਗਲੇ ਦਿਨ ਰੱਖ ਲਿਆ ਗਿਆ ਇਹ ਕਿ ਅਸੀਂ ਕਿਸੇ ਨੂੰ ਵੀ ਆ ਕਿਸੇ ਦੀ ਵੀ ਧਾਰਮਿਕ ਭਾਵਨਾ ਨੂੰ ਠੀਸ ਨਹੀਂ ਪਹੁੰਚਾਉਣਾ ਚਾਹੁੰਦੇ ਹਾਲਾਂਕਿ ਨਾਲ ਹੀ ਕਿਸਾਨ ਆਗੂਆਂ ਨੇ ਕੁਝ ਨੇ ਇਹ ਵੀ ਗੱਲਬਾਤ ਕੀਤੀ ਹੈ ਕਿ ਦੁਸ਼ਹਰਾ ਦੀਵਾਲੀ ਇਕੱਲੇ Hindu ਪਰਿਵਾਰਾਂ ਦੀ ਨਹੀਂ ਹੈ ਸਾਰੇ ਇੱਕ ਸਾਂਝ ਦੇ ਨਾਲ ਮਨਾਉਂਦੇ ਨੇ ਲੇਕਿਨ ਜਿਸ ਹਿਸਾਬ ਦੇ ਨਾਲ ਕੇਂਦਰ ਸਰਕਾਰ ਦਾ ਰਵਈਆ ਜਿਸ ਹਿਸਾਬ ਦੇ ਨਾਲ ਉਹ ਵੰਡਣਾ ਚਾਹੁੰਦੀ ਹੈ ਸਾਨੂੰ ਆਪਸੀ ਪੱਧਰ ਤੇ ਤਾਂ ਉਸੇ ਹਿਸਾਬ ਦੇ ਨਾਲ ਅਸੀਂ ਨਹੀਂ ਵੰਡਾਂਗੇ ਨਾਲ ਹੀ ਕਿ ਨਾਲੇ ਦੂਸਰੇ ਪਾਸੇ ਉਹਨਾਂ ਨੇ ਇਹ ਵੀ ਗੱਲ ਸਾਂਝੀ ਕੀਤੀ ਹੈ ਕਿ ਜੋ ਪੁਤਲੇ ਫੂਕੇ ਜਾ ਰਹੇ ਨੇ ਜਾਂ ਫਿਰ ਜਾਣ ਕੇ ਆਉਣ ਵਾਲੇ ਸਮੇਂ ਦੇ ਵਿੱਚ ਉਹ ਕੇਂਦਰ ਤੇ ਭਾਜਪਾ ਸਰਕਾਰ ਦੇ ਹੋਣਗੇ ਤੇ ਨਾਲ ਹੀ ਅਸੀਂ ਇਸ ਦੇ ਵਕਤ ਇਸ ਮੌਕੇ ਤੇ ਕੋਈ ਜੀ ਨਹੀਂ ਗੱਲਬਾਤ ਕਰਾਂਗੇ ਜਿਸ ਦੇ ਨਾਲ ਕਿਸੇ ਦੇ ਧਾਰਮਿਕ ਭਾਵਨਾਵਾਂ ਨੂੰ ठेस ਪਹੁੰਚੇ ਲੇਕਿਨ ਜਿਹੋ ਜਿਹਾ ਵਤੀਰਾ ਅਪਣਾਇਆ ਜਾ ਰਿਹਾ ਹੈ ਕੇਂਦਰ ਸਰਕਾਰ ਦਾ ਜਾਂ ਫਿਰ ਉਹਨਾਂ ਨੇ ਇੱਕ ਤੁਲਕ ਕੀਤੀ ਹੈ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਦੀ 라ਵਣ ਹੋਰਾਂ ਦੇ ਨਾਲ ਕਿ ਜਿਹੋ ਜਿਹਾ 라ਵਣ ਦਾ ਰਵਈਆ ਸੀ ਉਸ ਤੋਂ ਵੀ ਕਿਤਨਾ ਕਿਤੇ ਪਾਰ ਟੱਪ ਕੇ ਨਰਿੰਦਰ ਮੋਦੀ ਸ਼ਾਇਦ ਇਹ ਅਜਿਹੇ ਰਵਈਆ ਤਾਂ 라ਵਣ ਨੇ ਵੀ ਨਹੀਂ ਜੋ ਹੈ ਅਪਣਾਇਆ ਸੀ ਜਿਹੋ ਜਿਹਾ ਰਵਈਆ ਜੋ ਕੇਂਦਰ ਸਰਕਾਰ ਅਪਣਾ ਰਹੀ ਹੈ ਇਸੇ ਤਹਤ ਉਹਨਾਂ ਨੇ ਕਿਹਾ ਕਿ ਹੁਣ ਜੋ ਦੁਸ਼ਹਿਰੇ ਵਾਲੇ ਦਿਨ ਪੁਤਲੇ ਫੁਕੇ ਜਾਣੇ ਸੀ ਕੇਂਦਰ ਸਰਕਾਰ ਦੇ ਯਾਨੀ ਕਿ ਨਰਿੰਦਰ ਮੋਦੀ ਹੋਰਾਂ ਦੇ ਜਾਂ ਫਿਰ ਅਮਿਤ ਸ਼ਾਹ ਉਹਨਾਂ ਦੇ ਜਿੰਨੇ ਵੀ ਖੇਤੀਬਾੜੀ ਮੰਤਰੀ ਨੇ ਜਾਂ ਫਿਰ ਜਿਨ੍ਹਾਂ ਦੇ ਵੀ ਉਹਨਾਂ ਨੇ ਪੁਤਲੇ ਫੂਕੜੇ ਸੀ ਤਾਂ ਉਹ ਹੁਣ ਪ੍ਰੋਗਰਾਮ ਥੋੜਾ ਜਿਹਾ ਬਦਲ ਦਿੱਤਾ ਗਿਆ ਸੰਯੁਕਤ ਕਿਸਾਨ ਮੋਰਚੇ ਦੁਆਰਾ ਉਹ ਅੱਗੇ ਕਰ ਦਿੱਤਾ ਗਿਆ ਯਾਨੀ ਕਿ ਦਸ਼ਹਿਰੇ ਤੋਂ ਅਗਲੇ ਦਿਨ ਯਾਨੀ ਕਿ 16 ਅਕਤੂਬਰ ਨੂੰ ਸਪੂਰੇ ਸਾਰੇ ਸਾਰੇ ਪਾਸੇ ਜੋ ਸੱਦਾ ਦਿੱਤਾ ਗਿਆ ਸੰਯੁਕਤ ਕਿਸਾਨ ਮੋਰਚੇ ਦੁਆਰਾ ਕਿ ਪੁਤਲੇ ਫੂਕ ਪ੍ਰਦਰਸ਼ਨ ਕਰੋ ਤਾਂ ਕਿ ਇਹਨਾਂ ਦੇ ਕੰਨ ਤੱਕ ਥੋੜੀ ਜਿਹੀ ਆਵਾਜ਼ ਪਹੁੰਚੇ ਕਿ ਖੇਤੀ ਕਾਨੂੰਨ ਰੱਦ ਕੀਤੇ ਜਾਣ ਲੇਕਿਨ ਦੂਸਰੇ ਪਾਸੇ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਲਗਾਤਾਰ ਕਾਫੀ ਸਮਾਂ ਹੁਣ ਬੀਤਦਾ ਹੈ ਨਜ਼ਰ ਆ ਰਿਹਾ ਕੋਈ ਵੀ ਗੱਲਬਾਤ ਕਰਨ ਦੀ ਗੱਲਬਾਤ ਜੋ ਸਾਹਮਣੇ ਨਹੀਂ ਆ ਰਹੀ ਹੈ ਤੇ ਜਿਸ ਦੇ ਤहत ਉਹਨਾਂ ਚ ਰੋਸ ਪਾਇਆ ਜਾ ਰਿਹਾ ਉਹਨੇ ਇਹੀ ਗੱਲ ਬਾਤ ਕਰੀ ਹੈ ਕਿ ਅਜਿਹਾ ਆਡੀਅਲ ਰਵਈਆ ਤਾਂ ਸ਼ਾਇਦ ਹਿਟਲਰ ਸ਼ਾਹੀ ਚ ਵੀ ਨਹੀਂ ਸੀ ਜਾਂ ਫਿਰ ਬਹੁਤ ਪੁਰਾਣੀ ਜੇਕਰ ਕਿਸੇ ਵੀ ਇਤਿਹਾਸ ਦੀ ਗੱਲ ਬਾਤ ਕਰ ਲਈ ਜਾਏ ਤਾਂ ਉਹਨਾਂ ਦਾ ਵੀ ਨਹੀਂ ਸੀ ਲੇਕਿਨ ਪਤਾ ਨਹੀਂ ਕੀ ਚਾਹੁੰਦੀ ਹੈ ਭਾਜੀਪੀ ਤੇ ਕੇਂਦਰ ਸਰਕਾਰ ਲੰਮਾ ਸਮਾਂ ਬੀਤਦਾ ਹੋਇਆ ਨਜ਼ਰ ਆ ਰਿਹਾ ਤੇ ਕਿਸਾਨ ਸੜਕਾਂ ਤੇ ਰੋਲ ਨੂੰ ਮਜਬੂਰ ਨੇ ਤੇ ਦੂਸਰੇ ਪਾਸੇ ਅਜੀਆਂ ਹਿੱਸੇ ਕਟਨਾਮਾ ਹੋ ਰਿਹਾ ਨੇ ਵਕਵਕਾ ਮਾ ਤੇ ਲਖੀਮਪੁਰ ਖੀਰੀ ਦੀ ਜੇਕਰ ਗੱਲ ਕੀਤੀ ਜਾਏ ਬੇਹਦ ਨਿੰਦਣਯੋਗ ਕਟਨਾ ਹੈ ਤਾਂ ਉਸ ਤੋਂ ਬਾਅਦ ਹਾਲਾਂਕਿ ਵਕਵਕ ਜਥੇਬ ਹਰ ਇੱਕ ਵਰਗ ਦੇ ਵਿੱਚ ਰੋਸ ਜ਼ਰੂਰ ਪਾਇਆ ਜਾ ਰਿਹਾ ਨਾਲ ਹੀ ਕੇਂਦਰ ਸਰਕਾਰ ਨੂੰ ਅਪੀਲ ਵੀ ਕੀਤੀ ਜਾ ਰਹੀ ਹੈ ਕਿ ਤੁਰੰਤ ਖੇਤੀ ਕਾਨੂੰਨਾਂ ਦਾ ਕੋਈ ਨਾ ਕੋਈ ਹੱਲ ਕੀਤਾ ਜਾਵੇ ਨਹੀਂ ਤਾਂ ਆਉਣ ਵਾਲੇ ਸਮੇਂ ਵਿੱਚ ਕੇਂਦਰ ਸਰਕਾਰ ਦੀਆਂ ਮੁਸ਼ਕਲਾਂ ਜ਼ਰੂਰ ਵੱਧ ਸਕਦੀਆਂ ਨੇ ਸੋ ਇਸ ਦੇ ਦਰਮਿਆਨ ਜੋ ਵੱਡੀ ਤੇ ਅਹਿਮ ਖਬਰ ਇਹ ਹੀ ਹੈ ਕਿ ਜੋ ਪਲਕੇ ਪ੍ਰੋਗਰਾਮ ਰੱਖਿਆ ਗਿਆ ਸੀ ਪੁਤਲੇ ਫੂਕ ਦਾ ਉਹ ਹੁਣ 16 ਅਕਤੂਬਰ ਨੂੰ ਰੱਖਿਆ ਗਿਆ ਹੈ ਯਾਨੀ ਕਿ 16 ਅਕਤੂਬਰ ਨੂੰ ਸਾਰੇ ਪਾਸੇ ਕੇਂਦਰ ਸਰਕਾਰ ਦੇ ਖੇਤੀਬਾੜੀ ਕਾਨੂੰਨਾਂ ਦੇ ਖਿਲਾਫ ਜੋ ਪੁਤਲੇ ਫੂਕੇ ਜਾਣਗੇ ਤੇ ਨਾਲ ਹੀ ਮੰਗ ਕੀਤੀ ਜਾਊਗੀ ਤੇ ਤੁਰੰਤ ਤੁਰੰਤ ਜੋ ਹੈ ਖੇਤੀਬਾੜੀ ਕਾਨੂੰਨ ਉਰਦ ਕੀਤੇ ਜਾਣ